ਗੁੱਡੀ ਸ਼ਾਮ ਡੂੰਘੀ ਹੋ ਗਈ ਸੀ ਪਰ ਅਜੇ ਤੀਕਰ ਛੋਟੂ ਭਲਵਾਨ ਦੇ ਪਿੰਡੇ ਦਾ ਥਕੇਵਾ ਨਹੀਂ ਸੀ ਲੱਥਾ। ਉਹ ਅਜੇ ਵੀ ਪਾਸਾ ਪਰਤਣ ਲਈ ਥੋੜ੍ਹਾ ਜਿਹਾ ਹਿਲਦਾ ਸੀ ਅਤੇ ਉਹਦੇ ਮੂੰਹ ਉੱਤੇ ਪੀੜ ਪਾਰੋਂ ਤਨੀਨਾ ਪੈ ਜਾਂਦੀਆਂ ਸਨ। ਉਹ ਕੁਝ ਚਿਰ ਛੱਤ ਵੱਲ ਵੇਖਦਾ ਰਿਹਾ। ਉਹਨੂੰ ਸੌਂ ਕੇ ਉੱਠਿਆ ਅੱਧਾ ਮੁੰਨਾ ਘੰਟਾ ਤੇ ਹੋ ਗਿਆ ਸੀ ਪਰ ਅਜੇ ਤੀਕਰ ਅੰਦਰ ਉਹਦੀ ਬਾਤ ਲੈਣ ਕੋਈ ਨਹੀਂ ਸੀ ਆਇਆ। ਛੱਤ ਨੂੰ ਤਾੜੀ ਲਾ ਕੇ ਵੇਖਦਿਆਂ ਉਹਦੇ ਕੋਲੋਂ ਜਿਵੇਂ ਇੱਕੋ ਵਾਰੀ ਆਪਣਾ ਇਕਲਵਾਂਝਾ ਚੱਲਣਾ ਔਖਾ ਹੋ ਗਿਆ। ਉਸ ਕਤਰਾਵੀਂ ਦਾੜੀ 'ਚ ਮੜਿਆ ਮੂੰਹ ਖੋਲ੍ਹ ਕੇ ਇੱਕ ਅਜੀਬ ਜਿਹੀ ਆਵਾਜ਼ ਕੱਢੀ ਜਿਹਨੂੰ ਬਾਹਰ ਤਿੱਕਿਆਂ ਕਬਾਬਾਂ ਵਾਲੀ ਹੱਟੀ ਦੇ ਕੰਮ ਕਰਦੇ ਉਹਦੇ ਕਰਿੰਦਿਆਂ ਤੋਂ ਬਿਨਾਂ ਕੋਈ ਹੋਰ ਬੰਦਾ ਨਹੀਂ ਸੀ ਸਮਝ ਸਕਦਾ। ਇੰਝ ਹੀ ਸੀ ਜਿਵੇਂ ਕਿਸੇ ਇੰਜਨ ਦਾ ਖਰਾਬ ਹਾਰਨ ਬੋਲਿਆ ਹੋਵੇ ਪਰ ਉਹਦੀ ਆਵਾਜ਼ ਜਿਵੇਂ ਪੂਰੀ ਤਰ੍ਹਾਂ ਬਾਹਰ ਨਹੀਂ ਅਪੜੀ। ਉਸ ਕ੍ਰੋਧ ਨਾਲ ਥੁੱਕ ਸੁੱਟੀ ਅਤੇ ਇੱਕ ਵਾਰੀ ਫਿਰ ਮੂੰਹ ਖੋਲ੍ਹਿਆ। ਉਹਦੀ ਹੁਣ ਦੀ ਆਵਾਜ਼ 'ਤੇ ਝੱਟ ਇੱਕ ਬੰਦਾ ਨਸਿਆ ਆ ਅੰਦਰ ਆਵੜਿਆ। ਭੈਣਿਆਂ ਕੱਪੜਿਆਂ 'ਤੇ ਝੁਰੜੇ ਹੋਏ ਮੂੰਹ ਵਾਲਾ ਬਸ਼ੀਰ ਜਿਹੜਾ ਸਿੱਖਾਂ ਉੱਤੇ ਤਿੱਕੇ ਲਾਉਂਦਾ ਸੀ ਅਤੇ ਨਾਲੇ ਚਰਸ ਵੀ ਵੇਚਦਾ ਸੀ। ਹਾਂਜੀ ਭਲਵਾਨ ਜੀ, ਕੀ ਗੱਲ ਏ, ਉੱਠ ਬੈਠੇ ਹੋ? ਸਾਡਾ ਖਿਆਲ ਸੀ ਅਜੇ ਸੁੱਤੇ ਹੀ ਹੋਏ ਹੋ ਤੁਸੀਂ, ਬਸ਼ੀਰ ਨੇ ਆਪਣਾ ਸਿਰ ਉੱਤੇ ਹੱਥ ਫੇਰਦਿਆਂ ਭਲਵਾਨ ਨੂੰ ਪੁੱਛਿਆ। ਉਹ ਗੱਲ ਤੇਰੀ ਮਾਂ ਦਾ ਸਿਰ ਹੋਣੀ ਏ, ਭੈਣ ਦਿਆ ਯਾਰਾ, ਡੇਢ ਘੰਟਾ ਹੋ ਗਿਆ ਮੈਨੂੰ ਉੱਠੇ ਨੂੰ ਪਰ ਤੁਹਾਡੇ 'ਚ ਕੋਈ ਵੀ ਅੰਦਰ ਨਹੀਂ ਆਇਆ ਮੇਰਾ ਪਤਾ ਲੈਣ। ਖਬਰੇ ਕਿੱਥੇ ਬੜੇ ਰਹਿੰਦੇ ਹੋ ਤੁਸੀਂ ਸਾਰੇ। ਭਲਵਾਨ ਉਹਦੇ 'ਤੇ ਸਾੜ ਕੱਢਣ ਲੱਗ ਪਏ। ਭਲਵਾਨ ਜੀ ਤੁਹਾਨੂੰ ਪਤਾ ਹੀ ਹੈ ਕਿ ਇਸ ਵੇਲੇ ਹੱਟੀ ਲਾਉਣੀ ਹੁੰਦੀ ਹੈ, ਬਸ਼ੀਰ ਨੇ ਤਰਲਾ ਲਿਆ। ਓਏ ਆਹੋ ਮੈਨੂੰ ਪਤਾ ਹੈ, ਹਾਏ ਮੈਂ ਮਰ ਗਿਆ। ਓਏ ਚਰਸੀਆ ਉਰੇ ਆ ਅਤੇ ਮੇਰਾ ਪਿੰਡਾ ਘੁੱਟ ਥੋੜ੍ਹਾ ਜਿਹਾ, ਉੱਠਣ ਜੋਗਾ ਤਾਂ ਹੋਵਾਂ। ਆ ਜਾ ਇੱਧਰ ਹੀ ਉਤਾਂ ਮੰਜੀ 'ਤੇ, ਪਿੰਡਾ ਟੁੱਟ ਗਿਆ ਅੱਜ ਮੇਰਾ। ਭਲਵਾਨ ਨੇ ਆਪਣੀ ਧੌਣ ਨੂੰ ਆਪੇ ਹੀ ਘੁੱਟਣਾ ਸ਼ੁਰੂ ਕਰ ਦਿਆ। ਬਸ਼ੀਰ ਚਰਸੀ ਨੇ ਉਹਦੇ ਸਾਰੇ ਸਰੀਰ 'ਤੇ ਨਜ਼ਰ ਮਾਰੀ ਅਤੇ ਫਿਰ ਮੰਜੀ ਉੱਤੇ ਚੜ ਗਿਆ ਜੁੱਤੀ ਲਾ ਕੇ। ਭਲਵਾਨ ਵੀ ਉਹਦੇ ਅੱਗੇ ਔਖਾ ਸੌਖਾ ਹੋ ਕੇ ਢਿੱਡ ਪਰਨੇ ਲੰਮਾ ਪੈ ਗਿਆ। ਬਸ਼ੀਰ ਚਰਸੀ ਨੇ ਭਲਵਾਨ ਦੀ ਕੰਢ ਉੱਤੇ ਗੋਡਾ ਧਰ ਕੇ ਉਹਦੀਆਂ ਮੋਹਰਾਂ ਦੀਆਂ ਮੁੱਠੀਆਂ ਭਰਨੀਆਂ ਛੋਹ ਲਈਆਂ। ਓਏ ਉਹਨੂੰ ਅੱਛੂ ਨੂੰ ਕਹਿਣਾ ਸੀ ਪਹਿਲਾਂ ਫਰਿੱਜ ਵਾਲਾ ਮਾਲ ਕੱਢੇ ਸਾਰਾ, ਕੱਲ੍ਹ ਤਾਂ ਬਚਿਆ ਆ। ਭਲਵਾਨ ਨੂੰ ਜਿਵੇਂ ਚੇਤਾ ਆ ਗਿਆ ਅਤੇ ਉਸ ਆਪਣਾ ਸਿਰ ਝੁੱਕ ਕੇ ਬਸ਼ੀਰ ਨੂੰ ਆਖਿਆ, ਪਤਾ ਹੈ ਜੀ ਅਛੂ ਨੂੰ ਕੋਈ ਬਾਲ ਤਾਂ ਨਹੀਂ। ਬਸ਼ੀਰ ਨੇ ਉਹਦੀਆਂ ਮੋਹਰਾਂ 'ਤੇ ਹੱਥ ਰੋਕ ਕੇ ਬਿਨਾਂ ਆਖਿਆ। ਭਲਵਾਨ ਨੇ ਅੱਗੋਂ ਕੋਈ ਗੱਲ ਨਾ ਕੀਤੀ ਅਤੇ ਚੁੱਪ ਹੋ ਕੇ ਪਿਆ ਰਿਹਾ। ਭਲਵਾਨ ਦਾ ਪਿੰਡਾ ਮਿੱਟੀ ਦੇ ਵੱਡੇ ਵੱਡੇ ਢੇਲਿਆਂ ਵਾਂਗੂ ਸੀ, ਉਹਨੂੰ ਘੁੱਟਣਾ ਨੱਪਣਾ ਕੋਈ ਸੌਖੀ ਗੱਲ ਨਹੀਂ ਸੀ। ਪਰ ਬਸ਼ੀਰ ਚਰਸੀ ਵੀ ਕਿਸੇ ਵੇਲੇ ਮਾਲਸ਼ੀਆ ਰਿਹਾ ਸੀ, ਇਹੋ ਜਿਹੇ ਸੌਖੇ ਔਖੇ ਸੌਖੇ ਪਿੰਡੇ ਉਹਦੇ ਲਈ ਕੋਈ ਅਣਡਿੱਠੇ ਨਹੀਂ ਸਨ। ਉਹਨੂੰ ਪਤਾ ਸੀ ਕਿ ਇਹੋ ਜਿਹੇ ਢੇਲੇ ਕਿਵੇਂ ਕਰਾਏ ਜਾਂਦੇ ਸਨ। ਉਸ ਆਪਣੇ ਪਿੰਡੇ ਦਾ ਢਿੱਲ ਵਰਤੇ ਬਿਨਾਂ ਆਪਣੀਆਂ ਉਂਗਲਾਂ ਦੀ ਅਜਿਹੀ ਛੋਹ ਲਾਉਣੀ ਛੋਈ ਕਿ ਭਲਵਾਨ ਨਿਸਲ ਹੋਣ ਲੱਗ ਪਿਆ। ਉਹਨੂੰ ਆਪਣੇ ਖਚਕੇ ਜੋੜ ਆਪੋ ਆਪਣੀ ਥਾਂ ਆਉਂਦੇ ਸਹੀ ਹੋਣ ਲੱਗ ਪਿਆ। ਉਹਨੂੰ ਆਪਣੀ ਰੂਹ ਜਿਵੇਂ ਸਜਰੀ ਹੁੰਦੀ ਜਾਪੀ ਅਤੇ ਜੋ ਕੁਝ ਉਹਦੇ ਨਾਲ ਹੋਈ ਵਾਪਰੀ ਸੀ ਉਹਨੂੰ ਹੁਣ ਉਹ ਹੋਰ ਵੀ ਅੱਖਾਂ ਨਾਲ ਜਾਚਣ ਲੱਗ ਪਿਆ। ਨੀਲੀ ਕਾਰ ਵਾਲੀ ਬੇਗਮ ਜਦੋਂ ਸਵੇਰੇ ਕਸਾਈ ਕੋਲੋਂ ਗੋਸ਼ਤ ਸਬਜ਼ੀ ਵਾਲੇ ਕੋਲੋਂ ਸਬਜ਼ੀ ਲੈਣ ਆਉਂਦੀ ਹੁੰਦੀ ਸੀ, ਅਸਲੋਂ ਉੱਥੇ ਹੀ ਕਾਰ ਲਿਆ ਕੇ ਖਿਲਾਰਦੀ ਸੀ ਜਿੱਥੇ ਉਹ ਬੋਸਕੀ ਦਾ ਕੁੜਤਾ ਪਾ ਕੇ ਅਤੇ ਲੱਕ ਰੱਤੀ ਕੰਨੀ ਵਾਲੀ ਮੁਲਤਾਨੀ ਲੂੰਗੀ ਬੰਨ ਕੇ ਖਲੋਤਾ ਹੁੰਦਾ ਸੀ। ਉਹਦੇ ਵਿੱਚ ਤਾਂ ਕਾਰ ਅੰਦਰ ਬੈਠੀ ਬੇਗਮ ਵਿੱਚ ਐਵੇਂ ਥੋੜ੍ਹੀ ਜਿੰਨੀ ਵਿਅਥਿਤ ਰਹਿ ਜਾਂਦੀ ਹੁੰਦੀ ਸੀ। ਉਹ ਆਪਣੀ ਥਾਂ ਖਲੋਤਾ ਬੇਗਮ ਦੀ ਸੰਦੂਰ ਮਿਲੇ ਮੈਦੇ ਨਾਲ ਸਿਰਜੀ ਹੋਈ ਧੌਣ ਅਤੇ ਗਲਮੇ 'ਚੋਂ ਵਿਖਾਲੀ ਦਿੰਦੇ ਸੀਨੇ ਨੂੰ ਬੜੀ ਨੀਝ ਲਾ ਕੇ ਵੇਖਦਾ ਰਹਿੰਦਾ। ਕਾਰ ਵਿੱਚੋਂ ਬੇਗਮ ਦਾ ਨੌਕਰ ਨਿਕਲਦਾ ਪੱਛੀ ਲੈ ਕੇ, ਫਿਰ ਕੁਝ ਚਿਰ ਮਗਰੋਂ ਬੇਗਮ ਵੀ ਕਾਰ ਦਾ ਬੂਹਾ ਖੋਲ੍ਹ ਕੇ ਪੈਰ ਭੋਏ 'ਤੇ ਰੱਖਦੀ। ਰੱਤੇ ਰੰਗ ਦੀ ਪਤਲੀ ਤਣੀ ਵਾਲੇ ਸਲੀਪਰ ਵਿੱਚੋਂ ਬੇਗਮ ਦਾ ਪੈਰ ਛਿੱਟੇ ਗੁਲਾਬ ਵਾਂਗੂ ਉਹਦੇ ਸਾਹਮਣੇ ਖਿੜਦਾ ਅਤੇ ਉਹਦੇ ਕੋਲੋਂ ਆਪਣਾ ਆਪ ਸਾਂਭਣਾ ਔਖਾ ਹੋ ਜਾਂਦਾ।
ਉਹ ਕੌਲੇ ਨਾਲ ਢਾਸਣਾ ਲਾ ਲੈਂਦਾ ਅਤੇ ਬੇਗਮ ਕਤਰੇ ਵਾਲਾਂ ਨੂੰ ਮੋਢਿਆਂ 'ਤੇ ਝੁਲਾਉਂਦੀ ਸਾਰੇ ਦੀ ਸਾਰੀ ਕਾਰ ਵਿੱਚੋਂ ਬਾਹਰ ਨਿਕਲ ਆਉਂਦੀ। ਫਿਰ ਥਲ ਥਲ ਕਰਦੇ ਪਿੰਡੇ ਨਾਲ ਉਹਦੇ ਅੱਗੋਂ ਲੰਘ ਜਾਂਦੀ। ਉਹ ਆਪਣੇ ਬੁੱਲਾਂ ਉੱਤੇ ਜਿਭ ਫੇਰ ਕੇ ਖਲੋਤਾ ਰਹਿ ਜਾਂਦਾ ਪਰ ਆਪਣੀ ਥਾਂ ਉਦੋਂ ਤੀਕਰ ਨਾ ਛੱਡਦਾ ਜਦੋਂ ਤੀਕਰ ਉਹ ਪਿਛਾਂ ਪਰਤ ਕੇ ਗੋਲੀ ਵਾਂਗੂ ਨੀਲੀ ਕਾਰ ਨਸਾਉਂਦੀ ਉੱਥੋਂ ਟੁਰ ਨਾ ਜਾਂਦੀ। ਉਹਦੇ ਜਾਣ ਮਗਰੋਂ ਸਾਰਾ ਦਿਨ ਬੇਗਮਾਂ ਦੇ ਬਾਰੇ ਗੱਲਾਂ ਕਰਦਾ ਰਹਿੰਦਾ। ਉਹਦਾ ਵਿਚਾਰ ਸੀ ਕਿ ਇਹਨਾਂ ਬੇਗਮਾਂ ਦੇ ਬੰਦੇ ਐਵੇਂ ਹੀ ਹੁੰਦੇ ਨੇ, ਇਹਨਾਂ ਵਿਚਾਰਿਆਂ ਕੋਲੋਂ ਕੁਝ ਨਹੀਂ ਬਣਦਾ, ਇਸ ਕਰਕੇ ਉਰਾਂ ਪਰਾਂ ਜਿੰਦ ਜਾਣ ਵਾਲੇ ਬੰਦੇ ਲੱਭਦੀਆਂ ਰਹਿੰਦੀਆਂ। ਫਿਰ ਉਹ ਕਈ ਬੇਗਮਾਂ ਨਾਲ ਆਪਣੇ ਭੋਗ ਦੀਆਂ ਕਹਾਣੀਆਂ ਸੁਣਾਉਂਦਾ ਅਤੇ ਸੁਣਨ ਵਾਲੇ ਸੁਣਦੇ ਰਹਿੰਦੇ। ਅਸਲ ਵਿੱਚ ਉਹਨੂੰ ਆਪਣੇ ਦੋਹਰੇ ਤੇਰੇ ਜੁੱਸੇ ਉੱਤੇ ਬੜਾ ਮਾਣ ਸੀ। ਉਹ ਆਖਦਾ ਹੁੰਦਾ ਸੀ ਕਿ ਜਿਹੜੀ ਜਨਾਨੀ ਉਹਦੇ ਕੋਲ ਇੱਕ ਵਾਰੀ ਆ ਜਾਵੇ ਤਾਂ ਫਿਰ ਜੇ ਉਹ ਨੱਕ ਨਾਲ ਲੀਕਾਂ ਕੱਢ ਕੇ ਨਾ ਜਾਵੇ ਤਾਂ ਆਖਣਾ ਭਲਵਾਨ ਤੂੰ ਜੰਮਿਆ ਹੀ ਨਹੀਂ ਸੈਂ। ਪਰ ਇਹ ਬੇਗਮ ਉਹਨੂੰ ਸਮਝ ਨਹੀਂ ਸੀ ਆਉਂਦੀ ਕਿ ਰੋਜ਼ ਆ ਕੇ ਕਾਰ ਖਿਲਾਰਦੀ ਸੀ ਉਹਦੇ ਸਾਹਮਣੇ। ਉਹਨੂੰ ਆਪਣੇ ਪਿੰਡੇ ਦੇ ਦਰਸ਼ਨ ਵੀ ਕਰਾਉਂਦੀ ਸੀ ਪਰ ਉਹਦੇ ਵੱਲ ਵੇਖਦੀ ਵੀ ਅਸਲ ਉਹ ਨਹੀਂ ਸੀ। ਉਹ ਉਹਨੂੰ ਬਿਟ ਬਿਟ ਵੇਖਦਾ ਹੀ ਰਹਿ ਜਾਂਦਾ ਸੀ ਆਪਣੀਆਂ ਗੋਲ ਗੋਲ ਬਾਂਟਿਆਂ ਵਰਗੀਆਂ ਅੱਖਾਂ ਨਾਲ। ਕਿੰਨਾ ਹੀ ਚਿਰ ਲੰਘ ਗਿਆ ਇਸੇ ਤਰ੍ਹਾਂ ਪਰ ਅੱਜ ਸਵੇਰੇ ਪਤਾ ਨਹੀਂ ਸੂਰਜ ਕਿਹੜੇ ਪਾਸਿਓਂ ਚੜ੍ਹਿਆ ਸੀ ਕਿ ਉਸ ਉਹਦੇ ਸਾਹਮਣੇ ਕਾਰ ਖਿਲਾਰਦਿਆਂ ਸਾਰੀ ਉਹਦੇ ਵੱਲ ਬੜੀਆਂ ਡੂੰਘੀਆਂ ਅੱਖਾਂ ਨਾਲ ਤੱਕਿਆ ਅਤੇ ਫਿਰ ਉਹਨੂੰ ਕਾਰ 'ਚ ਬਹਿ ਜਾਣ ਦੀ ਸੈਣਤ ਕੀਤੀ ਅਤੇ ਉਹ ਜਿਵੇਂ ਕੀਲਿਆ ਹੀ ਗਿਆ। ਉਹਦੀ ਅੱਖ ਦੇ ਇਸ਼ਾਰੇ ਨਾਲ ਹੀ ਉਹ ਖਿਚੀਂਦਾ ਹੋਇਆ ਕਾਰ ਦੇ ਬੂਹੇ ਵੱਲ ਵਧਿਆ। ਬੇਗਮ ਨੇ ਅੰਦਰੋਂ ਬੂਹਾ ਖੋਲ੍ਹਿਆ ਅਤੇ ਉਹ ਕਾਰ 'ਚ ਬਹਿ ਗਿਆ। ਕਾਰ ਆਪਣੀ ਥਾਂ ਗੋਲੀ ਵਾਂਗੂੰ ਉੱਡਣ ਲੱਗ ਪਈ। ਉਹ ਇਸ ਤਰ੍ਹਾਂ ਸੀ ਜਿਵੇਂ ਮਸਤ ਕਰ ਦੇਵਣ ਵਾਲੀਆਂ ਖੁਸ਼ਬੂਆਂ 'ਚ ਨਾਤਾ ਹੋਇਆ ਕਿਸੇ ਖਾਬੀ ਦੁਨੀਆ 'ਚ ਉੱਡਦਾ ਜਾਂਦਾ ਸੀ। ਪਤਾ ਨਹੀਂ ਇਹ ਉਡਾਰੀ ਕਦੋਂ ਮੁੱਕੀ ਅਤੇ ਕਿੱਥੇ ਮੁੱਕੀ। ਬੇਗਮ ਉਹਨੂੰ ਕਾਰ 'ਚ ਉਤਾਰ ਕੇ ਇੱਕ ਬੜੇ ਵੱਡੇ ਘਰ ਦੇ ਅੰਦਰ ਲੈ ਗਈ। ਉੱਥੇ ਬੇਗਮ ਨੇ ਉਹਦੇ ਨਾਲ ਜੋ ਕੁਝ ਕੀਤਾ ਉਹ ਉਸ ਕਦੀ ਸੋਚਿਆ ਵੀ ਨਹੀਂ ਸੀ। ਬੇਗਮ ਦਾ ਜਿਹੜਾ ਪਿੰਡਾ ਉਹਦੇ ਸਾਹਮਣੇ ਥਲ ਥਲ ਕਰਦਾ ਲੰਘਦਾ ਸੀ ਕੱਪੜਿਆਂ 'ਚ ਬਾਹਰ ਆਉਂਦਿਆਂ ਹੀ ਜਿਵੇਂ ਪੱਥਰ ਦਾ ਬਣ ਗਿਆ। ਉਸ ਪਹਿਲਾਂ ਤਾਂ ਉਹਨੂੰ ਆਪਣੇ ਕਲਾਵੇ 'ਚ ਲੈ ਕੇ ਇਸ ਤਰ੍ਹਾਂ ਪੀੜਿਆ ਜਿਵੇਂ ਵੇਲਣੇ 'ਚ ਗੰਨਾ ਪੀੜਦੇ ਨੇ। ਉਹਨੂੰ ਲੱਗਿਆ ਜਿਵੇਂ ਬੇਗਮ ਨੇ ਉਹਦੀਆਂ ਪਸਲੀਆਂ ਚੂਰਮਾਂ ਕਰਕੇ ਰੱਖ ਦਿੱਤੀਆਂ ਨੇ। ਉਹ ਆਪਣੀ ਜਾਨ ਛੁਡਾਉਣ ਲਈ ਕਿੰਨਾ ਚਿਰ ਹੀ ਬੇਗਮ ਨਾਲ ਘੁਲਦਾ ਰਿਹਾ ਪਰ ਬੇਗਮ ਨੇ ਉਹਦਾ ਪਿੰਡਾ ਜਿਵੇਂ ਅਸਲ ਵਿੱਚ ਭੰਨ ਤਲੋੜ ਕੇ ਰੱਖ ਦਿੱਤਾ ਅਤੇ ਜਦੋਂ ਨਿਸਲ ਹੋ ਕੇ ਡਿੱਗ ਪਿਆ ਉਦੋਂ ਬੇਗਮ ਨੇ ਉਹਦੀਆਂ ਹੱਡੀਆਂ ਵਿੱਚ ਰਿਹਾ ਖਿਆ ਸੱਤ ਸੱਤ ਵੀ ਛਿੱਕ ਲਿਆ। ਨੀਲੀ ਕਾਰ ਉਹਨੂੰ ਜਿਹੜੇ ਵੇਲੇ ਉੱਥੇ ਲਾਹ ਕੇ ਗਈ ਉਦੋਂ ਉਹ ਫੋਗ ਹੀ ਤਾਂ ਸੀ। ਉਹ ਆਪਣੇ ਆਪ ਨੂੰ ਧਰੋਂਦਾ ਹੋਇਆ ਆਪਣੇ ਕਮਰੇ 'ਚ ਅੱਪੜ ਕੇ ਬਿਸਤਰੇ ਉੱਤੇ ਡਿੱਗ ਪਿਆ। ਤੋਬਾ ਮੇਰੀ ਜਨਾਨੀ ਸੀ ਕਿ ਕੋਈ ਚੁੜੇਲ ਸੀ, ਭਲਵਾਨ ਦੇ ਮੂੰਹ 'ਚ ਹੀ ਸਾਰੀ ਨਿਕਲ ਗਿਆ। ਬਸ਼ੀਰ ਚਰਸੀ ਨੇ ਉਹਦੇ ਪਿੰਡੇ 'ਤੇ ਝੱਟ ਹੱਥ ਢਿੱਲੇ ਕਰ ਦਿੱਤੇ। ਭਲਵਾਨ ਜੀ ਕਿਹੜੀ ਜਨਾਨੀ, ਉਹ ਕੋਈ ਨਹੀਂ ਹੋਏ, ਤੂੰ ਹੁਣ ਬੱਸ ਕਰ ਘੁੱਟਣਾ ਲੱਪਣਾ ਅਤੇ ਉਸ ਅਲਮਾਰੀ 'ਚੋਂ ਸ਼ਰਾਬ ਦੀ ਬੋਤਲ ਵੇਖ ਕੇ ਕੱਢ। ਭਲਵਾਨ ਨੇ ਮੰਜੀ ਉੱਤੇ ਸਿੱਧਾ ਰੁੱਖ ਹੁੰਦਿਆਂ ਆਖਿਆ। ਬਸ਼ੀਰ ਚਰਸੀ ਵੀ ਜਿਵੇਂ ਥੱਕ ਕੇ ਆਇਆ ਸੀ, ਉਸ ਉਦੋਂ ਕੋਲੋਂ ਉੱਠ ਕੇ ਅਲਮਾਰੀ 'ਚੋਂ ਸ਼ਰਾਬ ਦੀ ਬੋਤਲ ਕੱਢੀ ਅਤੇ ਮੇਜ਼ ਉੱਤੇ ਰੱਖ ਦਿੱਤੀ ਅਤੇ ਨਾਲ ਹੀ ਜੱਗ ਗਲਾਸ ਵੀ। ਇਹਦੋਂ ਮਗਰੋਂ ਬਾਹਰ ਗਿਆ ਅਤੇ ਸੋਡੇ ਦੀਆਂ ਬੋਤਲਾਂ ਅਤੇ ਤਿੱਕਿਆਂ ਦੀ ਪਲੇਟ ਲੈ ਕੇ ਆ ਗਿਆ। ਭਲਵਾਨ ਉਤਾਂ ਉੱਠ ਕੇ ਇੱਕ ਪੈੱਗ ਬਣਾਇਆ ਅਤੇ ਮੂੰਹ ਨਾਲ ਲਾਇਆ। ਬਸ਼ੀਰ ਨੂੰ ਪਤਾ ਸੀ ਕਿ ਹੁਣ ਉਹਦੀ ਉੱਥੇ ਕੋਈ ਲੋੜ ਨਹੀਂ ਸੀ ਰਹੀ, ਇਸ ਕਰਕੇ ਉਹ ਡੋਲ ਹੀ ਉੱਥੋਂ ਹਿੱਲ ਗਿਆ। ਸੋਡਾ ਰਲੀ ਸ਼ਰਾਬ ਦੇ 3-4 ਪੈੱਗ ਅੰਦਰ ਸੁੱਟਣ ਮਗਰੋਂ ਭਲਵਾਨ ਨੇ ਬੇਗਮ ਦੇ ਨੰਗੇ ਸਰੀਰ ਦੀ ਛੋਹ ਨੂੰ ਚੇਤੇ ਕਰਨ ਦਾ ਬੜਾ ਹੀ ਆਰ ਕੀਤਾ ਪਰ ਉਹਨੂੰ ਪੱਥਰ ਦੀ ਇੱਕ ਵੱਡੀ ਸਾਰੀ ਸਿੱਲ ਦਾ ਹੀ ਚੇਤਾ ਆਉਂਦਾ ਜਿਹੜੀ ਉਹਨੂੰ ਕੜੀ ਮੁੜੀ ਆ ਕੇ ਠਹਿਕਦੀ ਅਤੇ ਉਹਦੇ ਪੈਰ ਪੱਟੇ ਜਾਂਦੇ। ਫਿਰ ਉਸ ਡਿੱਗ ਪੈਣ ਮਗਰੋਂ ਵੀ ਕੋਈ ਗੱਲ ਚੇਤੇ ਕਰਨੀ ਚਾਹੀ ਪਰ ਇੱਧਰੋਂ ਵੀ ਉਹਨੂੰ ਕੁਝ ਚੇਤੇ ਨਾ ਆਇਆ। ਆਪਣੀ ਬੇਇੱਜ਼ਤੀ ਅਤੇ ਬੇਬਸੀ ਉੱਤੇ ਉਹਦਾ ਦਿਲ ਭਰਿਆ ਗਿਆ ਅਤੇ ਉਹਦੀਆਂ ਗੋਲ ਗੋਲ ਅੱਖਾਂ 'ਚ ਅਥਰੂ ਆ ਗਏ। ਉਹ ਰੋਵਣ ਲੱਗ ਪਿਆ ਅਤੇ ਆਪਣੀ ਥਾਂ ਉੱਠ ਕੇ ਖਲੋ ਗਿਆ। ਉਹਦਾ ਦਿਲ ਕੀਤਾ ਕਿ ਬੋਤਲ 'ਚ ਜਿਹੜੀ ਹੋਰ ਸ਼ਰਾਬ ਹੈ ਸੀ ਉਹਨੂੰ ਡੀਕ ਜਾਵੇ ਅਤੇ ਚਲਾ ਜਾਵੇ ਫਿਰ ਉਸ ਬੇਗਮ ਦੇ ਘਰ। ਉਹਨੂੰ ਅੰਦਰੋਂ ਕੱਢ ਕੇ ਸੜਕ ਉੱਤੇ ਲੈ ਆਵੇ ਅਤੇ ਫਿਰ ਉਹਦੇ ਕੱਪੜੇ ਪਾੜ ਕੇ ਰਾਹ ਜਾਂਦੇ ਲੋਕਾਂ ਨੂੰ ਆਖੇ ਇਹ ਬੇਗਮ ਨਹੀਂ ਜੇ ਗਸ਼ਤੀ ਜੇ ਆਪਣੇ ਬੰਦੇ ਦੇ ਪਿੱਛੋਂ ਇਹ ਪੇਸ਼ਾ ਕਰਦੀ, ਇਹਦੇ 'ਤੇ ਥੁੱਕੋ। ਉਸ ਇੱਕ ਵੱਡਾ ਸਾਰਾ ਹੋਰ ਪੈੱਗ ਬਣਾਇਆ ਅਤੇ ਅੰਦਰ ਸੁੱਟ ਲਿਆ।
ਅਜੇ ਉਹ ਬਾਂਹ ਨਾਲ ਮੂੰਹ ਨੂੰ ਪੂੰਝਦਾ ਹੀ ਪਿਆ ਸੀ ਕਿ ਬਸ਼ੀਰ ਨਸਿਆ ਨਸਿਆ ਅੰਦਰ ਆਉਣ ਵੜਿਆ। ਮੂੰਹ ਤੋਂ ਪਤਾ ਲੱਗਦਾ ਸੀ ਕੋਈ ਉਚੇਚੀ ਗੱਲ ਲੈ ਕੇ ਆਇਆ ਸੀ। ਭਲਵਾਨ ਉਹਨੂੰ ਬੜਾ ਭੈੜਾ ਜਿਹਾ ਮੂੰਹ ਬਣਾ ਕੇ ਵੇਖਣ ਲੱਗ ਪਿਆ। ਭਲਵਾਨ ਜੀ ਅੱਲਾ ਦੀ ਕਸਮੇ, ਉਹ ਕੀ ਅੱਲਾ ਦੀ ਕਸਮੇ, ਗੱਲ ਤਾਂ ਕਰ, ਕੀ ਹੋਇਆ ਤੈਨੂੰ? ਭਲਵਾਨ ਅੱਗੇ ਹੀ ਬੜਾ ਅੱਕਿਆ ਅਤੇ ਖਿਜੇ ਆਇਆ ਸੀ। ਇਸ ਕਰਕੇ ਉਸ ਬਸ਼ੀਰ ਨੂੰ ਘੂਰਦਿਆਂ ਪੁੱਛਿਆ, ਭਲਵਾਨ ਜੀ ਉਹ ਤਾਂ ਬਾਹੂ ਹੈ ਨਾ ਉਹ ਨੁਕਰ ਵਾਲਾ? ਬਸ਼ੀਰ ਫਿਰ ਪਹਿਲੇ ਵਾਂਗੂ ਹੀ ਬੋਲਿਆ, ਉਹ ਆਹੋ ਹੈ, ਕੀ ਉਹਨੂੰ ਵਿਚਾਰਿਆਂ ਨੂੰ? ਭਲਵਾਨ ਕੁਝ ਉਹਨੂੰ ਆਪ ਨੂੰ ਵੀ ਗੱਲ ਪੂਰੀ ਕਰਨ ਨਹੀਂ ਸੀ ਪਿਆ ਦਿੰਦਾ। ਉਹ ਭਲਵਾਨ ਜੀ ਇੱਕ ਬੜੀ ਸੋਹਣੀ ਕੁੜੀ ਲੈ ਕੇ ਗਿਆ ਜੀ ਉੱਤੇ ਰਿਕਸ਼ੇ 'ਚੋਂ, ਇਮਾਨ ਨਾਲ ਬੜੀ ਸੋਹਣੀ ਕੁੜੀ ਹੈ। ਸੋ ਚੱਲ ਪੀਸ, ਬਸ਼ੀਰ ਨੇ ਇੱਕ ਅੱਗ ਥੋੜ੍ਹੀ ਜਿਹੀ ਮੇੜਦਿਆਂ ਰਾਲ ਸੁੱਟ ਕੇ ਆਖਿਆ, ਕੁੜੀ ਬੜੀ ਸੋਹਣੀ ਕੁੜੀ। ਭਲਵਾਨ ਦੇ ਕੰਨਾਂ 'ਚ ਬਸ਼ੀਰ ਦੇ ਲਫ਼ਜ਼ ਠੈਕੇ, ਉਹ ਕੁੜੀ ਕਿੱਥੋਂ ਲਿਆ ਸਕਦਾ, ਉਹ ਤਾਂ ਆਪ ਫੁਕਰਾ, ਕਿਤਾਬਾਂ ਵੇਚ ਵੇਚ ਕੇ ਆਪਣਾ ਗੁਜ਼ਾਰਾ ਪਿਆ ਕਰਦਾ। ਅੱਜ ਹੀ ਸਵੇਰੇ ਉਸ ਆਪਣੀ ਘੜੀ ਮੇਰੇ ਅੱਗੇ ਗਹਿਣੇ ਪਾਈ ਹੈ 20 ਰੁਪਈਆਂ ਵਾਸਤੇ। ਤੂੰ ਆਖਦਾ ਮੈਂ ਕੁੜੀ ਲੈ ਕੇ ਆਇਆ ਕਿੱਧਰੋਂ, ਕਿੱਥੋਂ ਲੈ ਆਇਆ ਉਹ ਕੁੜੀ? ਭਲਵਾਨ ਨੇ ਉਹਨੂੰ ਹੱਥ ਮਾਰ ਕੇ ਪੁੱਛਿਆ, ਉਹ ਜੀ ਮੈਨੂੰ ਹੁਣ ਕੀ ਪਤਾ ਹੋਵੇ ਉਹ ਕਿੱਥੋਂ ਲਿਆਇਆ, ਮੈਂ ਤਾਂ ਰਿਕਸ਼ੇ 'ਚ ਉਹਦੇ ਨਾਲ ਉੱਤਰ ਕੇ ਜਾਂਦੀ ਵੇਖੀ। ਉਹ ਇਹ ਬਿਲਡਿੰਗ ਭਲਵਾਨ ਜੀ ਕੋਈ ਕੰਜਰਖਾਨਾ ਤਾਂ ਹੈ ਨਹੀਂ ਕਿ ਇੱਥੇ ਕਿਰਾਏਦਾਰ ਕੁੜੀਆਂ ਲੈ ਆਵਣ। ਮੈਂ ਤਾਂ ਇਹੋ ਹੀ ਆਖਣ ਆਇਆ ਤੁਹਾਨੂੰ। ਬਸ਼ੀਰ ਨਹਾ ਕੇ ਬਾਹਰ ਨਿਕਲ ਗਏ। ਜਵਾਨ ਕੁੜੀ ਲੈ ਕੇ ਕੰਗਲਾ ਬਾਊ ਉੱਤੇ ਗਿਆ। ਭਲਵਾਨ ਨੇ ਇੱਕ ਹੋਰ ਗਲਾਸ ਭਰਿਆ ਅਤੇ ਅੰਦਰ ਸੁੱਟ ਲਿਆ। ਪਲੇਟ 'ਚ ਅਜੇ ਤਿੱਕਰ ਤਿੱਕੇ ਪਏ ਸਨ। ਭਲਵਾਨ ਨੇ ਇੱਕ ਤਿੱਕਾ ਚੁੱਕ ਕੇ ਖਾਧਾ। ਲੂਣ ਮੇਰੇ 'ਤੇ ਭੁਜਿਆ ਮਾਸ ਜਦੋਂ ਅੰਦਰ ਗਿਆ ਅਤੇ ਉਸ ਜਿਵੇਂ ਸ਼ਰਾਬ ਨਾਲ ਰਲ ਕੇ ਉਹਨੇ ਅੰਦਰ ਭਾਂਬੜ ਇੱਕ ਵਾਰੀ ਫਿਰ ਚੁੱਕ ਦਿੱਤਾ। ਜਵਾਨ ਕੁੜੀ ਅਤੇ ਕੰਗਲਾ ਬਾਊ ਉੱਥੇ ਕਮਰੇ 'ਚ ਨੇ। ਉਸ ਇੱਕ ਵਾਰੀ ਫਿਰ ਵਿਚਾਰਿਆ, ਫਿਰ ਵਾਹ ਰੋਲੇ ਵਾਂਗੂ ਉਹਨੂੰ ਬੇਗਮ ਦਾ ਖਿਆਲ ਕਿਧਰੋਂ ਆਉਣ ਵੱਜਿਆ। ਉਹਦੀਆਂ ਅੱਖਾਂ ਚੜ੍ਹ ਗਈਆਂ ਅਤੇ ਉਹ ਆਪਣੀ ਥਾਂ ਉੱਠ ਕੇ ਬੂਹਿਓਂ ਬਾਹਰ ਨਿਕਲ ਗਿਆ। ਪੌੜੀਆਂ ਚੜ੍ਹਨੀਆਂ ਉਹਦੇ ਲਈ ਔਖੀਆਂ ਹੋ ਗਈਆਂ ਸਨ। ਕੁਝ ਉਂਝ ਵੀ ਹਨੇਰਾ ਸੀ, ਉਹ ਕਿਸੇ ਹੋਰ ਖਿਆਲ 'ਚ ਗੁਆਚਾ ਹੌਲੀ ਹੌਲੀ ਪੌੜੀਆਂ ਚੜ੍ਹਦਾ ਜਾਂਦਾ ਸੀ। ਉਹਦੀਆਂ ਅੱਖਾਂ 'ਚ ਛਪਾਕੇ ਜਿਹੇ ਪੈਂਦੇ ਪਏ ਸਨ। ਇੱਕ ਜਵਾਨ ਜੀ 16-17 ਵਰਿਆਂ ਦੀ ਕੁੜੀ ਉਹਨੂੰ ਮਖਾਲੀ ਦਿੰਦੀ ਅਤੇ ਫਿਰ ਉਹਦੀ ਥਾਂ ਬੇਗਮ ਲੈ ਲੈਂਦੀ। ਬੇਗਮ ਉਹਦੇ ਵੱਲ ਵੇਖ ਕੇ ਜਿਵੇਂ ਹੱਸ ਰਹੀ ਹੁੰਦੀ। ਭਲਵਾਨ ਉਹਨੂੰ ਗਾਲਾਂ ਕੱਢਦਾ ਕੱਢਦਾ ਹਫਦਾ ਹੋਇਆ ਅੰਤ ਪੌੜੀਆਂ ਚੜ੍ਹ ਹੀ ਗਿਆ। ਨੁੱਕਰ ਵਾਲੇ ਕਮਰੇ ਦੀ ਬੱਤੀ ਇੱਕ ਫਾਟ ਜਿਹੀ ਵਾਂਗੂ ਬੂਹੇ ਦੇ ਅੱਗੇ ਵਿਹੜੇ 'ਚ ਲੋਪ ਹੀ ਸੁੱਟਦੀ ਸੀ। ਭਲਵਾਨ ਉੱਚੀ ਉੱਚੀ ਗਾਲਾਂ ਕੱਢਦਾ ਆਇਆ ਉੱਥੇ ਅੱਪੜ ਗਿਆ ਅਤੇ ਪਾਗਲਾਂ ਵਾਂਗੂ ਬੂਹਾ ਖੜਕਾਉਣ ਲੱਗ ਪਿਆ। ਅੰਦਰ ਤਾਂ ਜਿਵੇਂ ਕੋਈ ਸੱਪ ਸੁੰਘ ਗਿਆ ਸੀ। ਭਲਵਾਨ ਨੇ ਬੂਹਾ ਖੜਕਾਉਣਾ ਛੱਡ ਕੇ ਕਹਿਣ ਲਈ, ਅੰਦਰ ਤਾਂ ਖਬਰੇ ਹੈ ਹੀ ਕੋਈ ਨਹੀਂ ਸੀ। ਉਹਨੂੰ ਲੱਗਾ ਬੇਗਮ ਉਹਨੂੰ ਵੇਖ ਕੇ ਫਿਰ ਹੱਸਦੀ ਪਈ ਸੀ। ਉਹ ਜ਼ੋਰ ਦੀ ਬੂਹਾ ਥਾਪੜਨ ਲੱਗ ਪਿਆ ਪਾਗਲਾਂ ਵਾਂਗੂ। ਇਹਨੇ ਵਿੱਚ ਜਿਵੇਂ ਬੂਹਾ ਆਪਣੇ ਆਪ ਹੀ ਖੁੱਲ੍ਹ ਗਿਆ ਚੌੜ ਚਪੱਟ। ਭਲਵਾਨ ਥੋੜ੍ਹਾ ਜਿਹਾ ਘਬਰਾ ਕੇ ਇੱਕ ਪਾਸੇ ਹੋਇਆ ਅਤੇ ਕੋਈ ਉਹਦੇ ਨਾਲ ਕਿਸਰਦਾ ਆਇਆ ਬਾਹਰ ਨੱਸ ਗਿਆ ਅਤੇ ਦਗੜ ਦਗੜ ਕਰਦਾ ਪੌੜੀਆਂ ਉੱਤਰ ਗਿਆ। ਬੰਦਾ ਸੀ ਕੋਈ ਸ਼ਹਿ ਦਾ ਪੁੱਤਰ ਸੀ, ਭਲਵਾਨ ਨੂੰ ਸਮਝ ਨਹੀਂ ਸੀ ਆਈ। ਪਰ ਫਿਰ ਉਹ ਲੱਥੇ ਹੋਏ ਬੂਹੇ ਥਾਣੀਓਂ ਅੰਦਰ ਵੜ ਗਿਆ ਅਤੇ ਆਪਣੀ ਕੰਡ 'ਤੇ ਉਸਨੇ ਬੂਹੇ ਨੂੰ ਪੇੜ ਦਿੱਤਾ। ਸਾਹਮਣੇ ਬਿਸਤਰੇ ਉੱਤੇ ਬੇਗਮ ਪਈ ਹੋਈ ਸੀ। ਉਹਦਾ ਮੂੰਹ ਧੋਤੀ ਹੋਈ ਮਲਮਲ ਵਾਂਗੂ ਚਿੱਟਾ ਹੋਇਆ ਪਿਆ ਸੀ ਅਤੇ ਸਹਿਮੀਆਂ ਹੋਈਆਂ ਅੱਖਾਂ ਨਾਲ ਉਹਨੂੰ ਵੇਖਦੀ ਪਈ ਸੀ। ਭਲਵਾਨ ਦੇ ਪੈਰਾਂ ਨਾਲ ਜਿਵੇਂ ਕਿਸੇ ਮਣਮਣ ਦੇ ਵੱਟੇ ਬੰਨ੍ਹ ਦਿੱਤੇ ਸਨ। ਉਹ ਆਪਣੀ ਥਾਵੇਂ ਪੱਥਰ ਬਣ ਕੇ ਖਲੋਤਾ ਰਹਿ ਗਿਆ। ਫਿਰ ਜਿਵੇਂ ਇੱਕਦਮ ਉਹਦੇ ਅੰਦਰ ਹਨੇਰੀ ਜਿਹੀ ਝੁੱਲੀ ਅਤੇ ਉਹ ਸਗਾਂ ਵੱਧ ਕੇ ਉਹਦੇ ਉੱਤੋਂ ਚਾਦਰ ਲਾ ਦਿੱਤੀ। ਚਿੱਟਾ ਦੁੱਧ ਪਿੰਡਾ ਉਹਦੀਆਂ ਬਾਂਟਿਆਂ ਵਰਗੀਆਂ ਅੱਖਾਂ ਨੂੰ ਨਵਾ ਗਿਆ। ਉਸ ਨੰਗੇ ਪੱਟਾਂ ਉੱਤੇ ਹੱਥ ਰੱਖਿਆ ਪਰ ਪੱਟਾਂ 'ਚ ਕੋਈ ਜਾਨ ਨਹੀਂ ਸੀ। ਭਲਵਾਨ ਨੇ ਉਹ ਤਾਂ ਵੇਖਿਆ, ਦੋ ਅੱਖਾਂ ਬੇਜਾਨ ਹੋਈਆਂ ਉਹਦੇ ਵੱਲ ਵੇਖਦੀਆਂ ਪਈਆਂ ਸਨ। ਭਲਵਾਨ ਨੇ ਨੰਗੇ ਪਿੰਡੇ ਉੱਤੇ ਚਾਦਰ ਦੇ ਦਿੱਤੀ ਅਤੇ ਆਪ ਚੰਗੀ ਤਰ੍ਹਾਂ ਬੂਹਾ ਬੰਦ ਕਰਕੇ ਹੇਠਾਂ ਉੱਤਰ ਆਇਆ। ਆਪਣੇ ਕਮਰੇ 'ਚ ਆ ਕੇ ਉਹਨੇ ਮੰਜੀ ਥੱਲੇ ਇੱਕ ਵੱਡਾ ਸਾਰਾ ਬੈਗ ਕੱਢਿਆ। ਪਿਛਲੇ 3 ਮਹੀਨਿਆਂ ਤੋਂ ਇਸ ਬੈਗ 'ਚ ਫੇਰੀ ਵਾਲਿਆਂ ਤੋਂ ਲੈ ਕੇ ਨਿੱਕੀਆਂ ਨਿੱਕੀਆਂ ਕਈ ਚੀਜ਼ਾਂ ਭਰਦਾ ਰਿਹਾ ਸੀ ਪਿੱਛੇ ਬੋਤਲਾਂ ਨੂੰ ਫੇਰਾ ਮਾਰਨ ਲਈ। ਕੁਝ ਚਿਰ ਉਹ ਬੈਗ ਵਿੱਚ ਹੱਥ ਮਾਰਦਾ ਰਿਹਾ ਪਰ ਉਹ ਜਿਹੜੀ ਸ਼ੈ ਲੱਭਦਾ ਪਿਆ ਸੀ ਉਹ ਨਹੀਂ ਸੀ ਲੱਭਦੀ ਪਈ। ਉੜਕ ਉਹਨੇ ਬੈਗ ਪੁੱਠਾ ਕਰਕੇ ਹਰ ਸ਼ੈ ਬਾਹਰ ਲੁੱਟ ਦਿੱਤੀ। ਸ਼ੈਵਾਂ ਦੇ ਢੇਰ ਉੱਤੇ ਪਲਾਸਟਿਕ ਦੀ ਇੱਕ ਗੁਜਰੀ ਕਵਾਸੀ ਪਈ
ਉਹਦੇ ਵੱਲ ਵੇਖਦੀ ਪਈ ਸੀ। ਉਹਨੇ ਉਹ ਚੁੱਕ ਲਈ ਤੇ ਸੀਨੇ ਨਾਲ ਲਾ ਕੇ ਭੁੱਬ ਮਾਰਦਾ ਰੋ ਪਿਆ।